ਭਾਜੀ ਕੁਲਦੀਪ ਸਾਹਿਬ ਕੀ ਹਾਲ ਆ? ਉਹ ਮਿਹਰਬਾਨੀ ਯਾਰ, ਉਹ ਪੈਸੇ ਤੇ ਸਬਜ਼ੀ ਤੇ ਭੇਜ ਦਿਆ ਕਰੋ। ਹਾਂਜੀ ਹਾਂਜੀ, ਓਏ ਹਫਤਾ ਹੋ ਚੱਲਾ ਭਾਈ ਮੰਡੀ ਦੇਣ ਲੈਣ ਕਰਨਾ ਹੁੰਦਾ। ਹਾਂਜੀ ਹਾਂਜੀ, ਉਹ ਬੜੀ ਮਿਹਰਬਾਨੀ ਯਾਰ, ਆਹ ਦੁਕਾਨ 'ਤੇ ਹੀ ਹਾਂ ਮੈਂ, ਦੁਕਾਨ 'ਤੇ ਹੀ ਹਾਂ। ਮਿਹਰਬਾਨੀ, ਸੌਦਾ ਲੈ ਜਾਂਦੇ ਆ, ਜਦੋਂ ਪੈਸੇ ਦੇਣੇ ਹੁੰਦੇ ਮੁੜ ਕੇ ਲੰਘਦੇ ਨਹੀਂ ਇੱਧਰ ਦੀ, ਕੋਈ ਨਾ ਕੋਈ ਟੈਨਸ਼ਨ ਦੇਈ ਜਾਂਦੇ ਆ। ਸਬਜ਼ੀਆਂ ਕਹਿੰਦੇ ਤਾਜ਼ੀਆਂ ਲਿਆ ਕੇ ਦਵੋ, ਵੀ ਮੰਡੀ ਅਸੀਂ ਕਿਹੜਾ ਜੱਫੀ ਪਾ ਕੇ ਸਬਜ਼ੀ ਲਿਆਉਂਦੇ, ਉੱਥੇ ਪੈਸੇ ਦੇਣੇ ਪੈਂਦੇ ਆ ਭਾਈ। ਇੱਥੇ ਗਾਹਕ ਗੱਲਾਂ ਕਰਦੇ ਆ ਸਾਨੂੰ, ਫਲਾਣੀ ਸਬਜ਼ੀ ਫਲਾਣੀ ਸਬਜ਼ੀ। ਮੁੰਡੇ ਨੂੰ ਕਈ ਵਾਰੀ ਆਖਿਆ ਪਾਣੀ ਲਾ ਦਿਆ ਕਰ, ਤਰੌਂਕਾ ਲਾ ਦਿਆ ਕਰ ਸਬਜ਼ੀ ਨੂੰ। ਗਾਹਕ ਇੰਨੀ ਦੇਰ ਇੰਤਜ਼ਾਰ ਨਹੀਂ ਕਰਦਾ, ਅਗਲਾ ਮਾੜਾ ਜਿਹਾ ਵੇਖਦਾ ਸਬਜ਼ੀ ਮਧੋਲੀ ਜਿਹੀ ਆ, ਅਗਲਾ ਅਗਲੀ ਦੁਕਾਨ 'ਤੇ ਜਾਣ ਦੀ ਕਰਦਾ ਵਾ। ਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਕਿੱਦਾਂ ਭਾਈ? ਸ਼ੁਕਰ ਅੱਲਾ ਦਾ, ਤੁਸੀਂ ਸੁਣਾਓ। ਮੂਲੀਆਂ ਕਿੱਦਾਂ? ਮੂਲੀਆਂ ਉਹ ਹੀ 30 ਰੁਪਏ ਕਿਲੋ। ਆ ਬਾਉਣੀਆਂ ਬਾਉਣੀਆਂ ਮੂਲੀਆਂ ਵੀ ਰੱਖੀਆਂ, ਇਹਨਾਂ ਨੂੰ ਪਲ ਤਾਂ ਦਿੰਦਾ? ਉਹ ਬਸ ਪਟਾਈ ਹੋ ਜਾਂਦੀ ਹੈ ਜਦੋਂ ਸਬਜ਼ੀ ਤਾਜ਼ਾ ਹੋਵੇ ਨਾ, ਛੋਟੇ ਵੱਡੇ ਪੀਸ ਵਿੱਚ ਹੀ ਆ ਜਾਂਦੇ ਆ ਫਿਰ। ਆਹ ਤਾਂ ਬਿਲਕੁਲ ਹੀ ਬੇੜਾ ਕਰਕੇ ਆ ਪਿਆ। ਉਹ ਤੂੰ ਇਹਨਾਂ ਨੂੰ ਜੱਫੀ ਪਾਉਣੀ ਕਿ ਪਕਾਉਣੀਆਂ ਵਾ? ਇਹਨਾਂ ਦੇ ਕੱਦ ਨੂੰ ਕੀ ਕਰਨਾ, ਕੱਟ ਕੇ ਵੀ ਤੇ ਇੰਨੀਆਂ ਇੰਨੀਆਂ ਕਰਨੀਆਂ, ਅਸਬੂਤੀ ਰੱਗ ਇੰਨੀ ਇੰਨੀ ਹਾਂਡੀ 'ਚ ਬਾਹਰ ਆਊਗੀ ਤੇ ਫਾਇਦਾ? ਹੁਣ ਆਹ ਬੰਦਾ ਖਾਵੇ, ਹਾਂ ਇਹਨੇ ਮਿਹਦੇ ਵਿੱਚ ਅਸਰ ਕਰਨਾ, ਹਾਂ ਇਹਨੂੰ ਖਾਵੇ ਇਹਨੇ ਦਿਲ 'ਤੇ ਅਸਰ ਕਰਨਾ। ਅਤੇ ਤੁਸੀਂ ਮਿਹਦੇ ਦੀ ਪਹਿਲਾਂ ਦਵਾਈ ਖਾ ਲਓ, ਮੂਲੀ ਬਾਅਦ 'ਚ ਖਾ ਲਿਓ। ਓਏ ਆਹ ਹੀ ਮੂਲੀ ਮਿਹਦੇ ਦਾ ਝਾੜੂ ਆ, ਇਹਨੇ ਮਿਹਦਾ ਤੁਹਾਡਾ ਦਰੁਸਤ ਕਰ ਦੇਣਾ ਵਾ। ਗੋਭੀ ਕਿੱਦਾਂ? ਉੱਦਾਂ ਹੀ ਆ ਗੋਭੀ, ਹੁਣ ਕਿਹੜਾ ਇਹ ਤਾਂ ਕਢਾਈ ਹੋਈ ਆ, ਉੱਦਾਂ ਹੀ ਆ। ਵੇਖੋ ਕਿੱਡਾ ਸੋਹਣਾ, ਤੇਰੇ ਤੋਂ ਸੋਹਣਾ ਫੁੱਲ ਲੱਗਦਾ ਵਿੱਚ ਫੜਿਆ। ਪਿਆਜ਼ ਕਿੱਦਾਂ? ਪਿਆਜ਼ ਹੈਗਾ 140 ਰੁਪਈਏ, 130 ਰੁਪਏ ਲਾ ਦਾਂਗੇ। ਅਤੇ ਹਰੀ ਮਿਰਚ ਕਿਵੇਂ? ਤੇਜ਼ ਤੜਕੇ ਵਾਲੀ, ਮੈਂ ਕਹਿੰਦਾ ਦੋ ਹੀ ਹਾਂਡੀ 'ਚ ਪਾਈਆਂ, ਹੁਣ ਦੋ ਹੀ ਭੱਜੀ, ਫਿਰ ਇੰਨੀ ਤੇਜ਼ ਆ ਮਿਰਚ। ਮਤਲਬ ਕਹਿਣ ਦਾ ਇਹ ਆ, ਇਹਦਾ ਭਾਅ ਕੀ ਹੈ? ਭਾਅ 30 ਰੁਪਈਏ ਦਈਦੀ ਆ, 25 ਰੁਪਏ ਪਾ ਦੂੰ ਤੈਨੂੰ। ਬਤਾਊ ਕਿੱਦਾਂ? ਇਹਨਾਂ ਦੀ ਤਬੀਅਤ ਪੁੱਛਣ ਦਿਆਂ ਜਾਂ ਰੇਟ ਪੁੱਛਣ ਦਿਆਂ? ਓਏ ਮੈਂ ਜਿਹੜੀ ਸਬਜ਼ੀ ਲੈਣੀ ਆ, ਮੈਂ ਉਹਦੇ ਬਾਰੇ ਪੁੱਛਣਾ ਚਾਹ ਰਿਹਾ। ਬਤਾਉ ਹੈਗੇ 80 ਦੇ ਕਿਲੋ। ਆ ਕਰੇਲੇ ਪਕਾਉਣ ਵਾਲੇ ਤੇ ਨਹੀਂ, ਲੜਾਈ ਵਾਲੇ ਆ? ਉਹ ਯਾਰ ਮਤਲਬ ਜੀ ਤੇਰੀ ਕੀ ਹੋ ਗਿਆ, ਇਹ ਭਰਨ ਵਾਲੇ ਹੈਗੇ, ਵੱਡੇ ਸਾਈਜ਼ ਦੇ ਭਰਨ ਵਾਲੇ ਹੁੰਦੇ ਆ। ਇਹ ਭਰੇ ਹੋਏ ਆ ਪਹਿਲੇ ਹੀ। ਉਹ ਬੀਆਂ ਨਾਲ ਭਰੇ ਆ, ਤੁਸੀਂ ਪੱਲਿਓਂ ਵੀ ਕੁਛ ਭਰਨਾ ਇਹਨਾਂ 'ਚ? ਉਹ ਲੈਣਾ ਕੀ ਆ ਭਾਈ ਤੂੰ? ਮੈਂ ਤੈਨੂੰ ਇਹ ਪੁੱਛਣਾ ਚਾਹ ਰਿਹਾ, ਗੋਸ਼ਤ ਕਿਹੜੀ ਸਬਜ਼ੀ 'ਚ ਸਹੀ ਰਹਿੰਦਾ? ਜੇ ਹਿੰਮਤ ਹੋਵੇ ਤਾਂ ਸਾਰੀਆਂ ਸਬਜ਼ੀਆਂ 'ਚ ਸਹੀ ਆ, ਜੇ ਹਿੰਮਤ ਨਹੀਂ ਤਾਂ ਕਿਸੇ 'ਚ ਵੀ ਸਹੀ ਨਹੀਂ। ਇਹ ਤਾਂ ਹਿੰਮਤ ਦੀ ਗੱਲ ਆ। ਪਾਲਕ ਗੋਸ਼ਤ ਪਕਾ ਲਓ ਤੁਸੀਂ, ਸ਼ਲਜਮ ਗੋਸ਼ਤ ਪਕਾ ਲਓ, ਇਹ ਤੁਸੀਂ ਇਹਦਾ ਕੀ ਨਾਮ ਆ, ਗੋਭੀ ਗੋਸ਼ਤ ਪਕਾ ਲਵੋ, ਟੀਂਡੇ ਗੋਸ਼ਤ ਪਕਾ ਲਓ। ਆਲੂ ਕਿੱਦਾਂ? ਏਦਾਂ ਤੇਰੀਆਂ ਹਰਕਤਾਂ ਦੱਸ ਰਹੀਆਂ ਕਿ ਤੂੰ ਮੇਰੇ ਕੋਲ ਆਲੂ ਪਵਾਏਗਾ ਆਪਣੇ ਮੌਰਾਂ 'ਚ? ਉਹ ਭਾਈ ਸਾਰੀ ਸਬਜ਼ੀਆਂ ਦਾ ਪੁੱਛਣ ਦਿਆਂ, ਹੁਣ ਮੂਲੀ ਅਤੇ ਆਲੂ ਪੱਕਦੇ ਹੀ ਨਹੀਂ, ਤੂੰ ਆਲੂਆਂ ਦਾ ਪੁੱਛਣ ਦਿਆਂ? ਪਹਿਲਾਂ ਤਾਂ ਮੂਲੀ ਦਾ ਪੁੱਛਿਆ ਸੀ। ਆਲੂ 90 ਰੁਪਏ। ਅਦਰਕ 400 ਰੁਪਏ ਕਿਲੋ। ਅਦਰਕ ਦਾ ਰੇਟ ਬਾਹਲਾ ਦੱਸ ਰਿਹਾ ਤੂੰ। ਚਲੋ ਤੁਸੀਂ ਲੈਣਾ ਕਿੰਨਾ ਵਾ, ਕੋਈ ਘੱਟ ਵੱਧ 10-5 ਕਰ ਲਈਦੇ ਆ, ਕਿਹੜੀ ਗੱਲ ਆ ਐਡੀ? ਕਿੰਨਾ ਲੈਣਾ? ਬੁੜੇ ਦਾ ਆ ਰਿਹਾ ਮੇਲਾ, ਤੇਰੇ ਬੁੜੇ ਅਸੀਂ ਦੇਗ ਪਕਾਉਣੀ ਆ, ਅਦਰਕ ਹੀ ਪਾਉਣਾ ਸਾਰੀ 'ਚ? ਅਸੀਂ ਕਹਿ ਰਹੇ ਹਾਂ ਕਿ ਬੁੜੇ ਦੇ ਮੇਲੇ 'ਤੇ ਕੋਈ ਰੱਜ ਕੇ ਖਾਵੇ, ਉਹਨੂੰ ਪਤਾ ਲੱਗ ਜਾਏ ਕਿ ਵਾਕਿਆ ਵੀ ਬਾਬੇ ਦੁੱਲੇ ਦੇ ਮੇਲੇ ਤੋਂ ਆਏ ਆ। ਵੀ ਇੰਨਾ ਅਦਰਕ ਪਾ ਰਹੇ ਹਾਂ, ਪੂਰੇ ਮਲੰਗਾਂ ਦੀ ਵਾਈ ਦੂਰ ਹੋ ਜਾਣੀ ਹੈ। ਵੀ ਐਡੇ ਵਾਈ ਦੇ ਮਾਰੇ ਮਲੰਗ ਆ ਤੁਹਾਡੇ, ਹੈ ਹੋਰ ਵੀ ਕੁਝ ਪਾਉਣਾ? ਅਦਰਕ ਵਾਲੀ ਦੇ ਸ਼ੋਰਬਾ ਕੀ ਮੋਹਰਾਂ ਨੂੰ ਖਿੱਚ ਪਈ ਆ? ਅਦਰਕ ਵਾਲਾ ਸ਼ੋਰਾ ਦੱਸਿਆ ਸਾਰੇ ਮਲੰਗਾਂ ਨੂੰ। ਲਸਣ ਕਿੱਦਾਂ? 90 ਰੁਪਏ ਪਾਈਆ। ਉਹ ਤੈਨੂੰ ਮੈਂ ਲਿਸਟ ਕੱਢ ਕੇ ਦੇ ਦੇਵਾਂ, ਸਾਰੇ ਪੜ੍ਹ ਲੈ, ਐਵੇਂ ਖਪਾਈ ਜਾਂਦਾ ਮੈਨੂੰ। ਮਤਲਬ ਇਹ ਆ ਵੀ ਜਿੰਨਾ ਸਾਨੂੰ ਸੌਦਾ ਚਾਹੀਦਾ। ਅੱਛਾ, ਅਸੀਂ ਕਹਿੰਦੇ ਹਾਂ ਕਿ ਦੇਗ ਸੁਥਰੀ ਬਣ ਜਾਏ। ਨਹੀਂ ਸੁਥਰੀ ਬਣਨੀ ਆ, ਤੁਸੀਂ ਰੇਟ ਪੁੱਛ ਕੇ ਅਗਲੀ ਸਬਜ਼ੀ ਦਾ ਪੁੱਛਣ ਲੱਗ ਪੈਂਦੇ ਜੀ। ਪਾਉਣੀ ਕਿਹੜੀ ਆ? ਟਮਾਟਰ ਕਿਵੇਂ ਆ? ਟਮਾਟਰ ਹੈਗੇ ਆ 40 ਦੇ ਕਿਲੋ। 40 ਰੁਪਏ ਕਿਲੋ ਟਮਾਟਰ? ਕਿੰਨੇ ਕਰਨੇ ਕਿਲੋ ਨੂੰ? ਮੈਂ ਦੱਸਦਾ, 12 ਕਿਲੋ ਚੌਲ ਆ। ਅੱਛਾ, ਤੇ ਤੁਸੀਂ ਕਰ ਲਓ
12 किलो ਨੂੰ ਲੱਗਦਾ ਸਾਡੇ ਅਦਰਕ 2.5 ਲੱਖ ਦਾ ਕਿੰਨਾ ਕਿੰਨਾ ਲੱਗਦਾ 2.5 ਲੱਖ ਦਾ ਅਦਰਕ ਅਸੀਂ ਬੁੜੇ ਦਾ ਮੇਲਾ ਕਰਾਈਦਾ ਪੂਰਾ ਪਿੰਡ ਜਿਹੜਾ ਰੱਜ ਕੇ ਰੋਟੀ ਖਾਂਦਾ ਖਾਬ ਚ ਘਰਾਉਂਦੇ ਹੋਣੇ ਆ ਤਾਂ ਹੀ ਰੱਜਦਾ ਹੁਣ ਉਦਾਂ ਤੇ ਮੌਲਾ ਨੇ ਹਿੰਮਤ ਨਹੀਂ ਦਿੱਤੀ ਲੱਗਦਾ ਇੰਨਾ ਅਦਰਕ ਪੈਂਦਾ ਹੀ ਨਹੀਂ ਭਾਈ ਜਿੰਨਾ ਤੂੰ ਚੌਲਾਂ ਚ ਪਾਈ ਜਾਂਦਾ ਇੰਨਾ ਇਹਨਾਂ ਦੇ ਅਦਰਕ ਦੇਖ ਜੋ ਬਾਹਰ ਆ ਜਾਣਾ ਤੇ ਚਮਚਾ ਕਿੱਥੇ ਫੇਰਨਾ ਮੌਰਾ ਤੇਰੇ ਵਰਗੇ ਬੰਦੇ ਬੁੜੇ ਦੇ ਮੇਲੇ ਤੇ 2-2 ਘੰਟੇ ਧੂੜ ਤੇ ਨੱਚਦੇ ਆ ਮੇਥੀ ਕਿੱਦਾਂ ਮੇਥੀ ਮੁੱਕ ਗਈ ਆ ਭਾਈ ਸ਼ੁਕਰ ਆ ਮੈਂ ਕੋਸ਼ ਹੈ ਮੁੱਕ ਗਈ ਜਿਹੜੀ ਤੈਨੂੰ ਜ਼ਰੂਰੀ ਚਾਹੀਦੀ ਨਹੀਂ ਮੇਥੀ ਜ਼ਰੂਰੀ ਆ ਉਹ ਜੋੜਾਂ ਦੇ ਦਰਦ ਵਾਸਤੇ ਨਾ ਇਹ ਜੋੜਾਂ ਦਾ ਦਰਦ ਖਤਮ ਕਰਦੀ ਆ ਮੇਥੀ ਉਹ ਦਵਾਈ ਲੈ ਲੈ ਕਿੱਧਰ ਸਬਜ਼ੀਆਂ ਜੇ ਤੂੰ ਦਵਾਈਆਂ ਲੱਭਣ ਆ ਗਿਆ ਭਾਈ ਅਸੀਂ ਨਹੀਂ ਖਾਣੀ ਪਿੰਡ ਵਾਲਿਆਂ ਨੇ ਖਾਣੀ ਪਿੰਡ ਵਾਲਿਆਂ ਨੇ ਅੱਛਾ ਇਹ ਸਾਰੀਆਂ ਸਬਜ਼ੀਆਂ ਮੇਲੇ 'ਚ ਹੀ ਛੱਡਣੀਆਂ ਟਿੰਡੀਆਂ ਕਿੱਦਾਂ ਟਿੰਡੀਆਂ ਹੈਗੀਆਂ 70 ਰੁਪਏ ਪਾਈਆ ਇਹ ਤੁਸੀਂ ਬਾਬਾ ਹੀ ਗਰੀਬ ਇਲਾਕੇ 'ਚ ਨਹੀਂ ਦੁਕਾਨ ਪਾਈ ਜਿੱਥੇ ਪਾਈਆ ਸੌਦਾ ਜਾਂਦਾ ਨਹੀਂ ਤੂੰ ਕਦੋਂ ਰੇੜਾ ਲੈ ਆਉਂਦਾ ਕਿ ਜਿਹੜਾ ਲੱਦ ਕੇ ਖੜਨਾ ਤੂੰ ਤੇਰੇ ਮਾਂਦਰੇ ਤੋਂ ਲੱਗਦਾ ਨਾਲ ਦਿਆਂ ਉਹ ਕੌਲੀ ਲੈ ਕੇ ਰੋਟੀ ਖਾਣਾ ਤੂੰ ਸਾਨੂੰ ਚਾਹੀਦਾ ਮਣਾ ਮੂੰਹ ਮਿਹਰਬਾਨੀ ਤੋਂ ਲੈਣਾ ਕੀ ਆ ਦੱਸ ਸਾਰੀਆਂ ਸਬਜ਼ੀਆਂ ਦੇ ਰੇਟ ਪੁੱਛ ਹੁਣ ਮੈਨੂੰ ਵੀ ਭੁੱਲ ਗਏ ਮੈਂ ਕਿਹੜੇ ਕਿਹੜੇ ਦੱਸੇ ਰੇਟ ਇਹਨਾਂ ਦੇ ਅਵਲਾ ਕੱਦੂ ਕਿੱਦਾਂ ਕਿਹੜਾ ਕੱਦੂ ਅਵਲਾ ਕੱਦੂ ਉਹ ਚਵਲਾ ਹਲਵਾ ਕੱਦੂ ਹੁੰਦਾ ਹਵਲਾ ਨਹੀਂ ਹੁੰਦਾ ਹਲਵਾ ਕੱਦੂ ਹਲਵਾ ਉਹ ਕਿੱਦਾਂ 90 ਰੁਪਏ ਕਿਲੋ ਰੇਟ ਤੁਹਾਡਾ ਵਧਵਾ ਹੀ ਆ 90 ਰੁਪਏ ਕਿਲੋ ਉੱਥੇ ਮੰਡੀ ਆਇਆ 110 ਰੁਪਏ ਕਿਲੋ ਤੇਰਾ ਆਪਣਾ ਹੀ ਰੇਟ ਆ 90 ਰੁਪਏ ਕਿਲੋ ਵਾਹ ਬਈ ਵਾਹ ਤੇ ਉਹਨੇ ਕਰਾਇਆ ਨਹੀਂ ਰਹਿਣਾ ਡਾਲੇ ਵਾਲੇ ਨੇ ਜਿੰਨੇ ਸਮਾਨ ਲਾ ਕੇ ਜਾਣਾ ਉਹ ਫੁੱਫੀ ਦਾ ਮੁੰਡਾ ਸਾਡੀ ਦਾ ਪਹਿਲੇ ਰੇਟ ਦਾ ਫਰਕ ਕੱਢ ਫਰਕ ਕੱਢ ਰੇਟ ਦਾ ਕੋਈ 10 ਮਹੀਨੇ ਗਾਹਕ ਨੇ ਬਚਾਉਣੀ ਹੁੰਦੇ ਗਾਹਕ ਕੋਲੋਂ ਇੰਨਾ ਨਹੀਂ ਫਰਕ ਹੁੰਦਾ ਜਿੰਨਾ ਤੁਸੀਂ ਕੱਢਦੇ ਆ ਤੁਹਾਡੇ ਕਬਰਾਂ ਦੇ ਵਿੱਚ ਕੀੜੇ ਚੱਲਣੇ ਏਦਾਂ ਮੰਡੀਓ ਆਇਆ ਸਿੱਧਾ ਉੱਥੇ ਰੇਟ ਹੈ 110 ਰੁਪਏ ਤੇ ਤੂੰ ਫਟਾਫਟ ਮੂੰਹ ਚੱਕ ਕੇ ਕਹਿਤਾ 90 ਰੁਪਏ ਬੱਲੇ ਤੇਰੇ ਲੁੱਟਣ ਹਾਰਾ ਤੇ ਤੂੰ ਮੰਡੀਆਂ ਲੈ ਲੈਂਦਾ ਤੂੰ ਇੰਨਾ ਪੰਧ ਕਰਕੇ ਆਇਆ ਮੇਰੇ ਕੋਲ ਮੰਡੀਆਂ ਲੈ ਲੈਂਦਾ ਮੈਂ ਕਿਹਾ ਇੱਥੇ ਡੇਰਾ ਸਾਡਾ ਲੱਗੇ ਆ ਅਸੀਂ ਦਰਬਾਰ ਕੋਲ ਇੱਥੇ ਤੁਹਾਨੂੰ ਮਿੰਟ ਮਗਰਾ ਹੁਣ ਚਾਹੀਦਾ ਕੀ ਹੈ ਤੁਹਾਨੂੰ ਮਟਰ ਕਿੱਦਾਂ ਮਟਰ ਤੇ ਮੈਂ ਮੁੰਡੇ ਕੋਲੋਂ ਪੁੱਛਿਆ ਨਹੀਂ ਲੇਕਿਨ ਤੈਨੂੰ 120 ਰੁਪਏ ਪਾ ਦਾਂਗੇ ਇਹ ਵੀ ਪਾਈਆ ਇਹ ਤੇ ਹੋ ਪਾਈਆ ਹੋਰ ਤੇਰੇ ਸ਼ਾਪਰ ਮੋਢੇ ਤੇ ਰੱਖਦਾ ਵੀ ਜਿੰਨੀ ਚੀਜ਼ ਦਾ ਰੇਟ ਪੁੱਛਣਾ ਉਹ ਦੱਸਣੇ ਆ 600 ਰੁਪਏ ਕਿਲੋ ਮਟਰ ਸੀਗੇ ਇਹ ਤੇ ਜੈਨਮਨ ਮੈਂ ਵੀ ਲਿਆ ਕੇ ਪਕਾਏ ਇੱਕ ਵਾਰੀ ਘਰ ਉਹ ਜਾ ਕੰਮ ਕਰ 120 ਦੇ ਪਾਈਆ ਉੱਥੇ ਜਾ ਕੇ ਪਤਾ ਕਰ ਮੰਡੀ ਇਹ ਡਾਲਾ ਸਾਨੂੰ ਬੁੱਧੂ ਬਣਾਓ ਉਹ ਤੂੰ ਟੀਰਾਂ ਵਾ ਤੂੰ ਮੰਡੀ ਜਾਣਾ ਸੀ ਤੂੰ ਇੱਧਰ ਕੀ ਲੈਣ ਆਇਆ ਵਾ ਉਹ ਦਰਬਾਰ ਆ ਸਾਡਾ ਇੱਥੇ ਲਾ ਕੇ ਮੈਂ ਚਲੋ ਇੱਥੋਂ ਮੁੰਡੇ ਫੜ ਕੇ ਲੈ ਜਾਣਗੇ ਪਾਲਕ ਕਿੱਦਾਂ ਪਾਲਕ 60 ਰੁਪਈਏ ਲੈ ਗੁੱਟੀ 60 ਲੈ ਗਈ ਫਿਰ ਉਹੀ ਗੱਲ ਫਿਰ ਉਹੀ ਗੱਲ ਫਿਰ ਉਹੀ ਗੱਲ ਓਏ ਮਰਨਾ ਵੀ ਜਿਹਨ ਚ ਰੱਖੋ ਅੱਛਾ ਥੋੜਾ ਜਿਹਾ ਬਰੇ ਹੋ ਜਾ ਤੇ ਮੂਲੀਆਂ ਵੀ ਬਤਾਉਂ ਕਰਤੇ ਖਲੋ ਖਲੋ ਕੇ ਇੱਧਰ ਹੋ ਜਾ ਇੱਧਰ ਹੋ ਥੋੜਾ ਜਿਹਾ ਦੂਜੇ ਗਾਹਕਾਂ ਨੇ ਵੀ ਚੀਜ਼ ਖੜਨੀ ਹੈ ਐਡਾ ਕਿਤੇ ਸਫਾਈ ਪਸੰਦ ਸਫਾਈ ਪਸੰਦ ਹੁਣ ਕੀ ਪਾਉਣਾ ਆਪਣੀ ਓਏ ਆਪਣੀ ਤੇ ਪੈ ਗਈ ਮੈਨੂੰ ਤੇਰੇ ਵਰਗਾ ਗਾਹਕ ਆ ਗਿਆ ਤੇ ਸਾਰੀ ਦੁਕਾਨ ਪੁੱਛ ਲਈ ਆ ਲੈਣਾ ਕੀ ਹੈ ਭਾਈ ਖੀਰੇ ਕਿਵੇਂ ਆ ਖੀਰੇ ਹੈਗੇ 120 ਦੇ ਕਿਲੋ ਗਾਜਰ ਥੋੜੀ ਜਿਹੀ ਦੇ ਕਿਉਂ ਨਜ਼ਰ ਕਮਜ਼ੋਰ ਆ ਤੇਰੀ ਤੈਨੂੰ ਉਹ ਤੇਰੀ ਨੂੰ ਐਨਕ ਲੱਗੀ ਆ ਨਜ਼ਰ ਦੀ ਨਜ਼ਰ ਤੂੰ ਗਾਜਰ ਦੇ ਗਾਜਰ ਦੇ ਅਲ ਫੜ ਆ ਤੂੰ ਗਾਲਾ ਉਹ ਮੈਂ ਤਾਂ ਥੋੜੀ ਦਿੱਤੀ ਆ ਕੱਚੀ ਢਿੱਡ 'ਚ ਪੀੜ ਪਾਉਂਦੀ ਆ ਤੇ ਤੇਰਾ ਤੇ ਮੈਂ ਤਾਂ ਪਹਿਲਾਂ ਪੀੜਾ ਨਾਲ ਭਰਿਆ ਪਿਆ ਲੱਗਦਾ ਜਿਨ੍ਹਾਂ ਨੇ ਖਾਣੀਆਂ ਗਾਜਰਾਂ ਉਹਨਾਂ ਦੀ ਬੁੱਢੀਆਂ ਨੂੰ ਤਲਾਕ ਉਹ ਮਿਸਾਲ ਤੇ ਸਿੱਧੀ ਦੇ ਲਾ ਉਹ ਜਿਨ੍ਹਾਂ ਨੇ ਖਾਧੀਆਂ ਗਾਜਰਾਂ ਢਿੱਡ ਉਹਨਾਂ ਦੇ ਪੀੜ ਢਿੱਡ ਪੀੜ ਉਦੋਂ ਹੋਣੀ ਆ ਜਦੋਂ ਘਰ ਖਰਾਬ ਹੋਣਾ ਅਗਲੀ ਗੱਲ ਦੇਖੋ ਉਹ ਜਾਂ ਤੂੰ ਸਬਜ਼ੀ ਲੈਣਾ ਹੈ ਮੈਂ ਨਬਾਤਾਂ ਪਾਉਣਾ ਆ ਇੱਥੇ ਤੂੰ ਲੈਣਾ ਕੀ ਆ ਭਾਈ ਮੂੰਗਰੇ ਕਿੱਦਾਂ ਮੂੰਗਰੇ ਹੈਗੇ 90 ਰੁਪਏ ਦੇ ਪਾਈਆ ਉਹ ਮੈਨੂੰ ਮਣਾ ਮੂੰਹ ਦੇ ਹਿਸਾਬ ਨਾਲ ਦੱਸ ਪਾਈਆ ਉਹ ਮਣਾ ਮੂੰਹ ਦੇ ਨਾਲ 5 ਕਿਲੋ ਮੇਰੇ ਕੋਲ ਪਏ ਆ ਤੇ ਤੈਨੂੰ ਮਣਾ ਮੂੰਹ ਕਿੱਦਾਂ ਇੱਥੇ ਮੰਡੀ ਆਇਆ ਤੂੰ ਇਦਾਂ ਹੀ ਲੱਗਦਾ ਤੂੰ ਢਿੱਡ ਭਰ ਕੇ ਨਿਕਲ ਜਾਣਾ ਮਾਰਕੀਟ 'ਚੋਂ ਉਹ ਜਾ ਕੰਮ ਕਰ ਆ ਕੰਮ ਹੀ ਕਰਨੇ ਆ ਹੋਰ ਮੈਂ ਕੀ ਕਰਨਾ ਮੇਲਾ ਬੜੋ ਦਾ
ਉਹ ਤੇ ਬੁੜਾ ਕਹਿ ਕੇ ਮਰਿਆ ਵਾ ਕਿ ਸਾਰੀਆਂ ਸਬਜ਼ੀਆਂ ਦੇ ਰੇਟ ਪੁੱਛ ਕੇ ਤੇ ਲੈਣੀ ਕੋਈ ਨਹੀਂ। ਉਹ ਕਹਿ ਕੇ ਮਰਿਆ ਤੈਨੂੰ? ਟਿੰਡੇ ਕਿਵੇਂ ਆ? ਟਿੰਡੇ ਅੱਗੇ ਦੱਸੇ ਤੇ ਆ ਤੈਨੂੰ, ਉਹ ਭਿੰਡੀਆਂ ਦੱਸਿਆ? ਉਹ ਭਿੰਡੀਆਂ ਤੇ ਪੁੱਛੀਆਂ ਨਹੀਂ ਪਾ। ਉਹ ਤੇਰਾ ਦਿਮਾਗ ਖਰਾ, ਉਹ ਨੀਂਦ ਚ ਤਾਂ ਨਹੀਂ ਆਇਆ ਘਰੋਂ ਤੂੰ? ਲੱਫੜ ਖਾਏਗਾ ਮੇਰੇ ਕੋਲੋਂ? ਲੱਫੜ ਮਾਰੇਗਾ? ਇੱਥੇ ਦੁਕਾਨਦਾਰੀ ਆ, ਇੱਥੇ ਲੱਫੜ ਖਾਣੇ ਐਡੇ ਕਿਤੇ ਲੱਫੜ ਮਾਰਨੇ ਸੌਖੇ ਪਏ ਆ। ਧਿਆਨ ਨਾਲ ਦੰਦੀ ਉਂਗਲ ਨਾ ਚੱਬ ਲਈ, ਮੁੱਕ ਗਈ ਆ ਗਾਜਰ। ਫਲੀਆਂ ਕਿਵੇਂ? 70 ਰੁਪਏ ਭਾਈਆ। ਉਹ ਮੈਨੂੰ ਕਿਲੋਆਂ ਦੇ ਹਿਸਾਬ ਨਾਲ ਦੱਸ। ਲਾ ਲਾ ਸੁੱਤੋ ਤੂੰ ਨੀ, 140 280 ਦੀਆਂ ਕਿਲੋ। 1 7 7 2 7 21, 4 7 22, 2 7 21, 4 7 96, 64 ਰੁਪਏ ਕਿਲੋ ਬਣਦੀਆਂ। ਆਪਣਾ ਹਿਸਾਬ ਦਰੁਸਤ ਕਰ। ਤੂੰ ਵੀ ਆਪਣਾ ਜ਼ਿਹਨ ਦਰੁਸਤ ਕਰ। ਤੇਰਾ ਨਾ ਮੂਡ ਚੰਡਾ ਵਾਲਾ ਬਣਨ ਦਿਆ। ਮੈਂ ਕਹਿੰਦਾ ਸਬਜ਼ੀ ਲੈ ਜਾ, ਐਵੀਂ ਤੂੰ ਇੱਥੋਂ ਨਾ ਹੂਰੇ ਲੈ ਕੇ ਜਾਣੇ ਮੇਰੇ ਕੋਲੋਂ, ਖਜਾਤਾ ਫੜ ਗਏ ਐਵੀਂ। ਉਹ ਕੀ ਆ ਤੈਨੂੰ? ਕੀ ਆ? ਕੀ ਆ ਤੈਨੂੰ? ਤੈਨੂੰ ਕੀ ਆ? ਆਹ ਕੀ ਆ? ਦੇਖਦਾ ਨੀ ਸਬਜ਼ੀਆਂ ਹੀ ਆ, ਹੋਰ ਕੀ ਆ? ਮੋਟੀ ਮਿਰਚ ਪਈ, ਸ਼ਿਮਲਾ ਮਿਰਚ। ਇਹ ਕਿਵੇਂ ਆ? ਓਦਾਂ ਹੀ ਆ ਜਿੱਦਾਂ ਤੂੰ ਨਹੀਂ ਲੈਣੀ। ਮੈਂ ਜਿਹੜੀ ਚੀਜ਼ ਪੁੱਛਦਾ ਮੈਨੂੰ ਉਹਦਾ ਰੇਟ ਦੱਸ। ਬੁੜੋ ਦਾ ਮੇਲਾ ਇਹ ਕੋਈ ਸ਼ੁਗਲ ਨਹੀਂ, ਇਹ ਖੇਖਣਾ ਕਰ ਮੇਲਾ। ਮੈਂ ਨਾ ਤੇਰੇ ਬੁੜੇ ਨੂੰ ਧੂ ਲਿਆਉਣਾ ਜਿੱਥੇ ਵੀ ਤੁਸੀਂ ਲੰਮੇ ਪਾਇਆ ਉਹਨੂੰ, ਸਮਝ ਆਈ ਨਾ? ਆ ਜ਼ਲੀਲ ਕਰਨ ਵਾਲੇ ਬੱਚੇ ਜੰਮੇ ਉਹਨੇ। ਏਡਾ ਕਿਤੇ ਬੁੜਾ ਕਾਰਪੋਰੇਸ਼ਨ ਚ ਲੱਗਾ, ਬੁੜਾ ਖਿੱਚ ਲਿਆਉਣਾ। ਤੂੰ ਮੇਰਾ ਬੁੜਾ ਖਿੱਚੇਗਾ, ਮੈਂ ਵੀ ਤੇਰਾ ਬੁੜਾ ਖਿੱਚਾਂਗਾ। ਮੇਰਾ ਖਿੱਚ ਨਹੀਂ ਸਕਦਾ ਮੁਲਤਾਨ। ਪਹਿਲਾਂ ਤਾਂ 1150 ਰੁਪਏ ਭਰੀ ਨਾ ਡਾਇਵੋ ਦਾ ਉੱਥੇ ਜਾਣ ਵਾਸਤੇ। ਬੁੜੇ ਦਾ ਖੋਤਾ ਰੇੜੀ ਤੇ ਸਫ਼ਰ ਕੀਤਾ, ਬੱਸ ਚ ਬੈਠਾ ਵੈਸੇ ਬਹੁਤ ਬੁਰਾ ਲੱਗਣਾ। ਤੂੰ 1100 ਲਾਵਾਂ ਪਹਿਲੇ ਤੇਰਾ ਬੁੜਾ ਖਿੱਚਣ ਲਈ, ਆਪਣੀ ਉਹਦੀ ਕੀਮਤ 150 ਨਾ ਹੋਵੇ। ਯਾਰ ਤਮੀਜ਼ ਨਾਲ ਗੱਲ ਕਰ ਭਾਈ, ਤੂੰ ਕਿਉਂ ਮਤਲਬ ਫੈਮਲੀ? ਉਹ ਤੇਰੇ ਬੁੜੇ ਕੋ ਮਹੱਲੇ ਦੇ ਬੱਚੇ ਪੜਦੇ ਸੀ, ਤਮੀਜ਼ ਨਾਲ ਗੱਲ ਕਰਾ। ਮੇਰਾ ਬੁੜਾ ਫੇਰ ਦਮ ਦਰੂਦ ਕਰਦਾ ਸੀ। ਕਾਹਦਾ? ਫੋੜਿਆਂ ਨਾਲ ਮਰਿਆ, ਫੋੜੇ ਨਿਕਲੇ ਸੀ ਉਹਨੂੰ, ਉਹਨਾਂ ਨੂੰ ਆਰਾਮ ਨਹੀਂ ਆਇਆ। ਉਹ ਤੇ ਮੌਸਮ ਦੀ ਵਜ੍ਹਾ ਨਾਲ ਫੋੜੇ ਨਿਕਲ ਆਏ, ਨੀਤਾਂ ਦੀ ਵਜ੍ਹਾ ਤੋਂ। ਲੋਕਾਂ ਨੂੰ ਦਮ ਕਰੀ ਗਿਆ, ਆਪਣੇ ਸਾਰੇ ਪੀਣੇ ਪਏ ਸੀ ਵਿਹੜੇ 'ਚ। ਇਹ ਜਿਹਨੇ ਮੰਨਿਆ ਭਾਗ ਉਹਨੂੰ ਲੱਗਦੇ ਆ। ਹਾਂ ਲੱਗੇ ਆ ਭਾਗ, ਦੱਬਿਆ ਕੋਈ ਜਾਂਦਾ ਹੀ ਨਹੀਂ ਆ ਉਹਨੂੰ। ਮੇਲੇ ਦੇ ਇਕੱਠੇ ਹੁੰਦੇ ਸ਼ਰੀਕ ਤੁਹਾਡੇ ਸਿਰ ਤੇ ਲੰਗਰ ਪਾਣੀ ਖਾਣ ਵਾਸਤੇ, ਬੁੜੇ ਨਾਲ ਪਿਆਰ ਕੋਈ ਨਹੀਂ ਕਰਦਾ। ਹਾਂ ਤੁਹਾਡੇ ਤੇ ਡੇਲੀ 6 ਹੱਡੀਆਂ ਪੱਕਦੀਆਂ। 6 ਹੱਡੀਆਂ ਪੱਕਦੀਆਂ। ਅਜਾ ਯਾਰ ਕੰਮ ਕਰ ਜਾ ਕੇ। ਧਨੀਆ ਕਿੱਦਾਂ ਲਾਇਆ? ਪਤਾ ਨਹੀਂ ਕਿੱਦਾਂ ਲਾਇਆ, ਮੁੰਡਾ ਹੀ ਆ ਗਿਆ, ਮੈਂ ਤੇ ਹੁਣ ਆਇਆ। ਉਹਨੂੰ ਫੋਨ ਕਰਕੇ ਪੁੱਛ ਕਿੱਦਾਂ ਲਾਇਆ? ਉਹ ਬਤਾਉਂਗਾ ਤੇ ਧਨੀਆ ਕੌਣ ਪਾਉਂਦਾ, ਮੂਲੀਆਂ ਤੇ ਕੌਣ ਪਾਉਂਦਾ ਧਨੀਆ? ਓਏ ਅਸੀਂ ਗੋਸਤ ਪਕਾਉਣਾ ਤੇ ਆ ਸਬਜ਼ੀਆਂ ਦੀ ਵਾੜ ਕਰਨੀ, ਆਲੇ ਦੁਆਲੇ ਦੇਖਦੇ ਕਿ ਸਬਜ਼ੀਆਂ ਇੰਨੀਆਂ ਕਿ ਪੁੱਛੀ ਜਾਂਦਾ ਜੇ ਗੋਸ਼ਤ ਪਾਉਣਾ ਤੇ। ਚਰਾਗਾ ਤੇ ਅਸੀਂ ਸਬਜ਼ੀ ਪਕਾਉਣੀ ਆ, ਮੇਲੇ ਤੇ ਅਸੀਂ ਗੋਸ਼ਤ ਪਕਾਉਣਾ। ਪਹਾੜੂ ਆਉਂਦੇ ਆ ਦੂਰੋਂ ਦੂਰੋਂ, ਇਹੋਦੇ ਕਿਤੇ ਜੀਂਦੇ ਤੇ ਪਕਾਇਆ ਹੁੰਦਾ ਨਾ ਤੇ ਕਮਜ਼ੋਰੀ ਨਾ ਮਰਦਾ ਨਾ ਬੜਾ ਤੁਹਾਡਾ। ਹੁਣ ਪਿੱਛੋਂ ਦੇਗਾ ਦੇਂਦਾ ਉਹਨੂੰ ਤੂੰ? ਹਾਂ ਤੇਰਾ ਬੁੜਾ ਤੇ ਝਾਰੇ ਨਾਲ ਘੁਲਦਾ ਰਿਹਾ, ਝਾਰੇ ਨਾਲ ਘੁਲਦਾ ਰਿਹਾ, ਦੋਲਾ ਸ਼ਾਲਾ ਚੂਹਾ ਲੈ ਕੇ ਮੰਗਦਾ ਸੀ। ਓਏ ਉਹ ਫਰਜੰਦ ਦਾ ਬੁੜਾ ਸੀ, ਓਏ ਓਏ ਕਿੱਧਰ ਉਹ ਕਿੱਧਰ ਰਿਸ਼ਤੇਦਾਰੀ ਜੋੜੀ ਜਾਂਦਾ ਸਾਡੀ, ਉਹ ਫਰਜੰਦ ਦਾ ਬੁੜਾ ਸੀ। ਬਥੇਰਾ ਖੇਗਨ ਹੋ ਗਿਆ, ਹੁਣ ਮੈਨੂੰ ਅਦਰਕ ਦੱਸ ਕਿੱਦਾਂ? ਉਹ ਤੈਨੂੰ 400 ਕਿਲੋ ਦੱਸਿਆ, ਤੈਨੂੰ ਹੁਣ ਗੱਲ 'ਚ ਤਵੀਤ ਬਣਾ ਕੇ ਪਾ ਦਵਾਂ ਅਦਰਕ ਦਾ। ਮੈਂ ਲਾਂਗਾ ਤੇਰੇ ਕੋਲ 6 ਕਿਲੋ। ਮੈਂ ਤੈਨੂੰ ਦੇ ਦਾਂਗਾ 350 ਨੂੰ। ਇਹ ਖੋਤਿਆਂ ਨੂੰ ਪਾਉਣ ਵਾਲਾ ਨਹੀਂ, ਹਾਂਡੀ 'ਚ ਪਾਉਣ ਵਾਲਾ। ਇਹਦੇ ਬੜਾ ਪੁਰਾਣਾ ਅਦਰਕ ਮੰਗਣ ਦੇ ਆ ਤੂੰ ਮੇਰੇ ਕੋਲ। ਲਾ ਹਿਸਾਬ ਕਿੰਨਾ? 6 ਕਿਲੋ। 400 ਨੂੰ ਲਾ ਲਾ ਹਿਸਾਬ, ਤੈਨੂੰ ਭਾੜਾ ਇੱਕ ਚੌਕਾ ਚੌਕਾ, 2 ਚੌਕੇ, 3 ਤੇ 4 5, ਬਸ ਹੋ ਗਿਆ ਹਿਸਾਬ। ਤੂੰ ਨਹੀਂ ਲੈਣਾ, ਤੂੰ ਨਹੀਂ ਲੈਣਾ, ਅਦਰਕ ਪੈਂਦਾ ਹੀ ਨਹੀਂ ਮਾੜੇ ਘਰਾਂ 'ਚ। ਹਾਂਜੀ ਚਲੋ, ਸਾਡੇ ਸਿਆਣੇ ਰਾਈਵਾਦੀ ਦੀ ਦੁਆ ਕਰਿਆ ਕਰੋ, ਹਾਂਡੀ ਦੇ ਉੱਤੇ ਅਦਰਕ ਤੇ ਪਾ ਨਹੀਂ ਸਕਦੇ। ਸਾਰੀ ਜ਼ਿੰਦਗੀ ਅਸੀਂ ਬੁੱਕਾਂ ਨਾਲ ਸੁੰਡ ਪਾਈ ਆ, ਆਹ ਤਾਂ ਹੁਣ ਮੇਲੇ ਦਾ ਕਰਕੇ ਅਸੀਂ ਅਦਰਕ ਲੈਣ ਆਏ ਆ। ਅਦਰਕ ਕਿੰਨਾ? 6 ਕਿਲੋ ਅਦਰਕ ਲਿਖ ਲਾ। ਹੈਂ? 6 ਕਿਲੋ। 6 ਕਿਲੋ ਹਾਂਜੀ। 2 ਕਿਲੋ ਕਰ ਲਾ ਲਸਣ। 2 ਕਿਲੋ ਲਸਣ। 2 ਤੋੜੇ ਆਲੂਆਂ ਦੇ ਕਰ ਲਾ। ਉਹ ਟਿੱਕੀਆਂ ਲਾਉਣੀਆਂ ਬੜੇ ਦੇ ਮੇਲੇ ਤੇ, ਇੰਨੇ ਆਲੂ? ਓਏ ਅਸੀਂ ਬਣਾਉਂਦੇ ਆ 2 ਤੋੜੇ ਲਿਖ। 2 ਤੋੜੇ ਜੀ। 1 ਤੋੜਾ ਮਿਰਚਾਂ ਦਾ ਲਿਖ ਲਾ। ਇਹ ਪਰਾਹੁਣੇ ਪੈਦਲ ਹੀ ਆਉਣੇ ਲੱਗਦਾ ਸਾਰੇ। ਉਹ ਤੂੰ ਸੌਦਾ ਵੇਚਣਾ ਆ ਮੇਰੇ ਨਾਲ ਤੇ ਟੌਂਕ ਟੌਂਕ ਨਹੀਂ ਆ ਜੀ।
अद्धा किलो गाजरां लिख ला। पता नहीं की बुढ़े दे मेले दे मतंजन बनाउन लगे। 6 किलोमीटर लिख ला। 6 किलोमीटर जी। पाइया करेले ओ बेच सोकड़े वाले मरीज आंदे पढ़ के देने आए। चलो जी 2 किलो गोभी कर ला। 2 किलो गोभी हो गई। ना लिखो जी मियां मजीद। मियां मजीद ये कौन है? ये मेरे पोते आ। वो पोते है तेरे? पुत्र मेरा मुंडा। अच्छा मुंडा ते ना तेरे तो वड्डा रखिया उन्ने। ओए इत्ते ना चुकी लेना। मियां मजीद। अच्छा पैसे इन्हें देने हैं? पैसे उन्हें खाते ने माए देने पैसे। अच्छा भाई 9,030 रुपये बने हैं जी। मैं 6,030 बने हूँ देने मैं। गांव आ भाई तू तेने घटाता वा 9,030। मेरा मुंडा आएगा तेरे को डेली। अच्छा ये सारिया थोड़िया थोड़िया चीजा करके जो तो पाइया हो गई छापर च पा के ओनू देती। रोज दिया कि देनिया 23 तारीख नू मेला। अच्छा डेली पाइया पाइया दे। ओ तेरे वास्ते दुकान पाई है रोजाना तेरे वास्ते पाइया समान दिया करना सी तेनू। ओ जा काम कर जाके हुण कठा माल जाके उथे सारा मसाला खराब कर लवा। ओ तू किते 6 मन मसाला खरीदने आ मैं 11 किलो माल नहीं बनया तेरा सारा। चलदा ओड़े इथों। ओ जहा काम कर जहा मंडी ले आऊंगा मैं जाके। ओ तू मंडी चला जा मैं तेरे मूली मार के तेरी वाई दूर कर देनी हुणे। रोंदा दुकानदारी नु रोंदा तू ए गाहक बनन नु तू रोंदा। 1.5 घंटा हो गया खपाने 36 गाहक भुगता देने थी मैं चलता नहीं था। मेले दे माल लेना अभी मंडियो ले लेंगे। चल जा ले ले। तू जा काम कर। तेनू मैं कहना मैं मार के बटा तो पता नहीं लगना वजह कि तेनू तो नील भी नहीं पैना।